ਉਹਦਾ ਨਾਂ ਕੀ ਹੈ? ਹੀਰਾ ਨਾਂ ਹੈ ਜੀ। ਗੁਜਰ ਖਾਨ ਤੋਂ ਕਿੰਨੇ ਮੈਚ ਲੜਿਆ ਪਹਿਲੇ? ਇੱਕ ਮੈਚ ਬਰਾਬਰ ਹੋਇਆ ਤਾਂ ਜੀ। ਕਿਹੜੇ ਗਰੁੱਪ ਦੀ ਤਰਫੋਂ ਆਏ ਹੋ? ਪਾਕ ਇਤਿਹਾਦ ਗਰੁੱਪ। ਅਸਲਾਮ ਵਾਲੇਕਮ ਜੀ ਮੇਰੇ ਤਮਾਮ ਵਿਵਰ, ਕੈਸੇ ਹੋ ਜਨਾਬ? ਖਰੀਦ ਨਾਲੋਂ ਠੀਕ ਔਰ ਉਮੀਦ ਹੈ ਖੈਰ ਖਰੀਦ ਨਾਲ ਹੀ ਹੋਵੋਗੇ। ਬੜਾ ਹੀ ਕਮਾਲ ਦਾ ਜਾਨਵਰ ਤੁਹਾਨੂੰ ਦਿਖਾਉਣ ਲੱਗਿਆ ਜੀ। ਕਨਿਆਲ ਬਜਰਾਂਦਾ ਤੋਂ ਆਇਆ ਜੀ ਜਾਨਵਰ, ਗੁਜਰ ਖਾਨ ਜ਼ਿਲ੍ਹਾ ਰਾਵਲਪਿੰਡੀ। ਅਤੇ ਬੜਾ ਅੱਛਾ ਜਾਨਵਰ ਹੈ, ਜਾਨਵਰ ਦੇਖੋਗੇ ਤੁਹਾਨੂੰ ਮਜ਼ਾ ਆਏਗਾ। ਅਤੇ ਇਸ ਤੋਂ ਪਹਿਲੇ ਛੋਟੀ ਜਿਹੀ ਰਿਕੁਐਸਟ ਹੁੰਦੀ ਹੈ ਮੇਰੀ ਹਰ ਵੀਡੀਓ 'ਚ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਬੈਲ ਦੀ ਕੰਟੀਨਿਊ ਕਲਿੱਕ ਜ਼ਰੂਰ ਕਰਿਆ ਕਰੋ ਤਾਂ ਕਿ ਨੋਟੀਫਿਕੇਸ਼ਨ ਦੀ ਸੂਰਤ 'ਚ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਆਓ ਜਨਾਬ ਟਾਪ ਕਲਾਸ ਜਾਨਵਰ ਵੇਖੋ। ਮੇਰਾ ਜੀ ਚਾਚੇ ਹਰੀ ਜਨਾਬ ਜਲੇਬੀ ਕੱਢ ਰਹੇ ਨੇ ਜਨਾਬ। ਚਾਚਾ ਲਾਗਾ ਕਿਹੜਾ, ਪਿੰਡ ਕਿਹੜਾ? ਮਾਂ ਬਾਬਲਪੁਰ ਸ਼ਹਿਰ ਸ਼ਰੀਫ ਉੱਚ ਸ਼੍ਰੀ ਬਾਬਾ। ਲਓ ਜੀ ਜਲੇਬੀਆਂ, ਮੈਚ ਦਾ ਮਾਹੌਲ ਜੀ। ਚਾਚੇ ਹਰੀ ਦੀਆਂ ਜਲੇਬੀਆਂ ਬੜੀਆਂ ਕਮਾਲ ਦੀਆਂ ਨੇ ਜੀ। ਆਏ ਪਕੌੜੇ ਗਰਮ, ਸਮੋਸੇ ਗਰਮ, ਜਲੇਬੀ ਗਰਮ, ਪਕੌੜੇ ਗਰਮ। ਤੇ ਕਿਹੜੀ ਜਗ੍ਹਾ ਤੋਂ ਆਇਆ ਜਾਨਵਰ? ਗੁਜਰ ਖਾਨ। ਕੁੱਤੇ ਦਾ ਨਾਂ ਕੀ ਹੈ? ਹੀਰਾ ਨਾਂ ਹੈ ਜੀ। ਗੁਜਰ ਖਾਨ ਤੋਂ ਕਿੰਨੇ ਮੈਚ ਲੜਿਆ ਪਹਿਲੇ? ਇੱਕ ਮੈਚ ਬਰਾਬਰ ਹੋਇਆ ਤਾਂ ਜੀ। ਕਿਹੜੇ ਗਰੁੱਪ ਦੀ ਤਰਫੋਂ ਆਏ ਹੋ? ਪਾਕ ਇਤਿਹਾਦ ਗਰੁੱਪ। ਡਾਕਟਰ ਖਾਲਦ ਮਲਕ ਜਮਸ਼ੇਦ ਸਾਹਿਬ ਤਰਫੋਂ। ਵਾਹ ਜੀ ਵਾਹ। ਨਾਂ ਕੀ ਇਹਦਾ? ਹੀਰਾ। ਹੀਰਾ ਜੀ ਨਾਂ ਹੈ ਜੀ। ਅੱਜ ਗਰਾਊਂਡ 'ਚ ਮੌਜੂਦ ਜਨਾਬ ਪਾਕ ਇਤਿਹਾਦ ਗਰੁੱਪ ਦੀ ਤਰਫੋਂ ਜੀ। ਬੜਾ ਅੱਛਾ ਜਾਨਵਰ ਜੀ। ਆਈਟ ਦੀ ਬੱਤੀ ਹੈ ਕਿ ਵਾਦੇ ਬੱਤੀ ਹੈ? ਮਾਲਕ ਦਾ ਕੀ ਨਾਂ ਹੈ? ਰਾਜਾ ਰਾਜਾ ਸਾਧ ਰਮਾਨ ਗੁਜਰ ਖਾਨ ਤੋਂ, ਕਨਿਆਲ ਬਜਰਾਨਾ ਜੀ, ਫੈਸਲ ਚਿੱਠੇ ਦੇ ਪਿੰਡ ਤੋਂ। ਅੱਛਾ ਅੱਛਾ ਅੱਛਾ। ਵਾਹ ਵੀ ਵਾਹ। ਪੱਠਾ ਤਾਂ ਬੜਾ ਸੋਹਣਾ ਜੀ। ਇਹ ਉਹ ਤਾਂ ਨਹੀਂ ਇਹਦੀ ਵੀਡੀਓ ਬਣਾਈ ਸੀ ਅੱਗੇ ਅਸਾਂ ਇੱਕ ਵਾਰ? ਚੱਠਾ ਨਹੀਂ ਆਇਆ ਆਪੇ? ਉਦਣ ਤਾਂ ਹੋਰ ਤਰ੍ਹਾਂ ਲੱਗਦਾ ਸੀ, ਹੁਣ ਬਣਾ ਚੜਿਆ ਜੇ। ਕਮਾਲ ਦਾ ਜੀ, ਤਪਣੀਆਂ ਬੜੀਆਂ ਚੰਗੀਆਂ ਅੱਜ ਸਭ ਹੋਈਆਂ ਨੇ। ਲਓ ਜੀ ਆਹ ਛੋਟੀ ਜਿਹੀ ਵੀਡੀਓ ਜਨਾਬ, ਵੀਡੀਓ ਪਸੰਦ ਆਵੇ ਜਨਾਬ ਕਮੈਂਟ ਜ਼ਰੂਰ ਦਿਆ ਜੇ, ਕਿਉਂਕਿ ਮੌਸਮ ਬੜਾ ਖਰਾਬ ਹੈ ਜੀ, ਬਾਰਿਸ਼ ਸ਼ੁਰੂ ਹੋ ਗਈ ਹੈ। ਅਤੇ ਇਹ ਛੋਟੀ ਜਿਹੀ ਵੀਡੀਓ ਸਾਡੀ ਜੀ। ਹਾਂ।